ਸੋਚਣ ਦੇ ਵਿੱਚ ਉਹਦੀ ਹਿਸਟਰੀ ਫਿਰ ਉਹਨੂੰ ਪੇਂਟ ਕਰਨਾ ਫਿਰ ਉਹਦੇ ਅੰਦਰ ਜਾਨ ਪਾਉਣੀ ਫਿਰ ਇਹ ਸਾਰਾ ਮਤਲਬ ਕਿ ਇੱਕ ਗੁਲਦਸਤਾ ਬਣਦਾ ਹੈ ਕਿ ਜੋ ਇਥੇ ਮੈਂ ਦੇਖਿਆ ਕਿ ਹਾਲ ਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ ਬਹੁਤ ਖੁੰਦ ਸੁੰਦਰ ਬਹੁਤ ਵਧੀਆ ਮਿਹਨਤ ਹੈ ਜੋ ਕੀਤੀ ਹੋਈ ਹੈ ਪਹਿਲਾਂ ਹੀ ਕਹਿੰਨੇ ਕਹਿੰਦੇ ਤੁਹਾਡੇ ਮੂੰਗੇ ਹਿੱਪੀ ਆ ਉਹ ਮੈਂ ਕਹਿੰਦਾ ਮੇਰੇ ਮੂੰਗੇ ਹਿੱਪੀ ਆ ਆ ਜੋ ਛੱਲੀਆਂ ਦਾ ਜਾਂ ਇਸ ਕਿਸਮ ਦਾ ਸਾਰਾ ਕੁਝ ਇੱਥੇ ਸਿਰਜਿਆ ਹੋਇਆ ਸਾਰਾ ਇਹ ਸਾਰਾ ਪਿੰਡੂ ਭਾਈਚਾਰੇ ਨੂੰ ਦਰਸਾਉਂਦਾ ਹੈਗਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਹ ਵਿਲੱਖਣਤਾ ਹੈਗੀ ਮਧਾਣੀ ਉਹ ਸਾਰਾ ਕੁਝ ਆਈ ਥਿੰਕ ਉਹੀ ਗੱਲ ਹੈ ਕਿ ਕਿ ਐਂ ਲੱਗਦਾ ਵੀ ਸੱਚੀ ਹੋਈ ਪਿੰਡ ਦੀਆਂ ਯਾਦਾਂ ਹਰ ਇੱਕ ਚੀਜ਼ ਦੇ ਵਿੱਚ ਚਿੱਤਰਕਾਰ ਦੀ ਚਿੱਤਰਕਾਰੀ ਹੀ ਹੈ ਵੀ ਉਹਦੇ ਚ ਚਿੱਤਰ ਦੇ ਵਿੱਚ ਜਾਨ ਪਾ ਦਿੰਦੀ ਹੈ ਜ਼ੇਗਰ ਸੰਜਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਪੰਜਾਬ ਪਵਨ ਜਿੱਥੇ ਕਿ ਇੱਕ ਪੇਂਟਿੰਗ ਦੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਨਾਮ ਹੈ ਪਿੰਡ ਦੀਆਂ ਯਾਦਾਂ ਆਓ ਦਾਂਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਐਗਜ਼ੀਬਿਸ਼ਨ ਹੈ ਕਿਸ ਤਰ੍ਹਾਂ ਦੀਆਂ ਪੇਂਟਿੰਗਸ ਨੇ ਤੇ ਕਰਦੇ ਹਾਂ ਜੀ ਗੱਲਬਾਤ ਅੱਜ ਅਸੀਂ ਪਹੁੰਚੇ ਹੋਇਆ ਪੰਜਾਬ ਭਵਨ ਜਿੱਥੇ ਆਰਟਿਸਟ ਸੁਖਪ੍ਰੀਤ ਹੋਣਾਂ ਦੀ ਜਿਹੜੀ ਆਰਟ ਐਗਜ਼ੀਬਿਸ਼ਨ ਲੱਗੀ ਹੋਈ ਹੈ ਤੇ ਬਾਹ ਕਮਾਲ ਪੇਂਟਿੰਗਸ ਪਿੰਡ ਦੀਆਂ ਯਾਦਾਂ ਤੇ ਸੱਚਮੁੱਚ ਅਸੀਂ ਪਿੰਡ ਦੇ ਵਿੱਚ ਵਾਪਸ ਚਲੇ ਗਏ ਜਦੋਂ ਇਹ ਪੇਂਟਿੰਗਸ ਦੇਖੀਆਂ ਸੋ ਪੇਂਟਿੰਗਸ ਦੇਖਣ ਦੇ ਲਈ ਬਹੁਤ سارے ਲੋਕ ਇੱਥੇ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਐਕਟਰ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਬਖੂ ਵੀ ਜਾਣਦੇ ਹੈਗੇ ਆ ਅਮਨ ਧਾਲੀਵਾਲ ਮੇਰੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਫਿਰ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ ਪਹਿਲਾਂ ਤਾਂ ਕਿਵੇਂ ਹੋ ਸੇਤਾ ਜੀ ਬਿਲਕੁਲ ਠੀਕ ਹੈ ਜੀ ਕੈਮ ਹੁਣ ਤਾਂ ਬਹੁਤ ਬੈਟਰ ਹੈ ਅਕੇ ਜੀ ਜਿਸ ਤਰ੍ਹਾਂ ਦੇ ਨਾਲ ਕਾਮਨੈਸ ਹੈ ਤੁਹਾਡੇ ਦੇ ਵਿੱਚ ਜਿਸ ਤਰ੍ਹਾਂ ਦਾ ਹਾਸਾ ਵਾਪਰਿਆ ਸੀਗਾ ਤੇ ਉਦੋਂ ਮੈਨੂੰ ਲੱਗਦਾ ਸਾਰਿਆਂ ਨੇ ਰਲ ਕੇ ਦੁਆਵਾਂ ਦਿੱਤੀਆਂ ਕਿ ਜਲਦੀ ਤੁਸੀਂ ਠੀਕ ਹੋਵੋ ਤੇ ਹੁਣ ਤੁਸੀਂ ਠੀਕ ਹੈਗੇ ਆ ਸੋ ਉਸ ਬਾਰੇ ਅਸੀਂ ਆਲਰੇਡੀ ਤੁਹਾਡੇ ਨਾਲ ਗੱਲ ਕਰ ਵੀ ਚੁੱਕੇ ਹੈਗੇ ਆ ਸੋ ਉਹਦੇ ਨਾਲ ਅਸੀਂ ਕਹਿੰਨੇ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਬਟ ਹੋਈਆਂ ਤੁਸੀਂ ਉਹ ਚੋਂ ਨਿਕਲੇ ਆ ਸੋ ਇੱਕ ਵਾਰੀ ਫਿਰ ਤੋਂ ਤੁਹਾਡੀ ਕਾਮਯਾਬੀ ਦੀ ਤੁਹਾਡੀ ਸਿਹਤਮੰਦੀ ਦੀ ਦੁਆ ਕਰਦੇ ਆ ਥੈਂਕ ਯੂ ਥੈਂਕ ਯੂ ਜੀ ਸਾਰਿਆਂ ਦਾ ਪਿਆਰ ਸਾਰਿਆਂ ਦੀਆਂ ਦੁਆਵਾਂ ਆਲਵੇਜ਼ ਮੈਟਰ ਜੀ ਥੈਂਕ ਯੂ ਵੈਰੀ ਮਚ ਸੋ ਅਮਨ ਅੱਜ ਪੰਜਾਬ ਆਵਨ ਪਹੁੰਚੇ ਆ ਤੇ ਅੰਦਰ ਵੜ ਕੇ ਪਹਿਲਾਂ ਕੀ ਫੀਲ ਹੋਇਆ ਸੱਚੀ ਸੱਚੀ ਦੱਸਿਓ ਪਹਿਲਾਂ ਤਾਂ ਮੈਂ ਦੂਰੋਂ ਹੀ ਵੇਖਿਆ ਮੈਂ ਕਿਹਾ ਪੰਜਾਬ ਆਵਣਾ ਮਮੀ ਕਹਿੰਦੀ ਪੰਜਾਬ ਆਵਨ ਇੱਥੇ ਵੀ ਹੈ ਮੈਂ ਕਿਹਾ ਉਹ ਪੰਜਾਬ ਆਵਣਾ ਇੱਥੇ ਵੀ ਹੈ ਤੇ ਜਦੋਂ ਅਸੀਂ ਇੱਥੇ ਅੰਦਰ ਐਂਟਰ ਹੋਏ ਤੇ ਫਿਰ ਇੰਟਰਵਿਊ ਥੋੜੀ ਚੱਲਦੀ ਪਈ ਸੀਗੀ ਸੋ ਆ ਚੀਜ਼ਾਂ ਤਾਂ ਸੁਖ 프리ਜੀ ਯੂ ਨੋ ਅਸੀਂ ਯੂ ਨੋ ਫੈਨ ਆ ਯੂ ਨੋ ਪਹਿਲਾਂ ਤੋਂ ਹੀ ਤੇ ਉਹਨਾਂ ਦੀ ਜਿਹੜੀ ਚਿੱਤਰਕਾਰੀ ਆ ਉਹ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਨੇ ਬਾਖੂ ਵੀ ਐਕਸਪਲੇਨ ਕੀਤਾ ਉਹ ਮੇਰੇ ਲਈ ਬਹੁਤ ਨਵੀਂ ਚੀਜ਼ ਸੀਗੀ ਪਹਿਲਾਂ ਮੈਂ ਸੋਚਦਾ ਸੀ ਸ਼ਾਇਦ ਇਦਾਂ ਹੀ ਇੱਕ ਚਤਰਗਾਰੀ ਹੈ ਹਨਾ ਪਰ ਇਹਨਾਂ ਨੇ ਡਿਟੇਲਸ ਦੇ ਵਿੱਚ ਜਦੋਂ ਮੈਨੂੰ ਦੱਸਿਆ ਇੱਕ ਇੱਕ ਕੈਰੈਕਟਰ ਬਾਰੇ ਦੱਸਿਆ ਫਿਰ ਇਹਨਾਂ ਦੀ ਮਿਹਨਤ ਦਾ ਪਤਾ ਲੱਗਿਆ ਵੀ ਇੱਕ ਕੈਰੈਕਟਰ ਨੂੰ ਸੋਚਣ ਦੇ ਵਿੱਚ ਉਹਦੀ ਹਿਸਟਰੀ ਫਿਰ ਉਹਨੂੰ ਪੇਂਟ ਕਰਨਾ ਫਿਰ ਉਹਦੇ ਅੰਦਰ ਜਾਨ ਪਾਉਣੀ ਫਿਰ ਇਹ ਸਾਰਾ ਮਤਲਬ ਕਿ ਇੱਕ ਗੁਲਦਸਤਾ ਬਣਦਾ ਹੈ ਕਿ ਨਾ ਸਾਰੀਆਂ ਜਿਹੜੀਆਂ ਪੇਂਟਿੰਗਸ ਤੁਸੀਂ ਸਾਡੇ ਪਿੰਡਾਂ ਦੀਆਂ ਨੇ ਆ ਭੂੰਡਾ ਹਨਾ ਇਹ ਸਾਡਾ ਇਹ ਤਾਂ ਸਾਡੇ ਹਜੇ ਵੀ ਹੈਗਾ ਮਾਨਸਾ ਚ ਹਨਾ ਮਧਾਣੀ ਉਹ ਸਾਰਾ ਕੁਝ ਆਈ ਥਿੰਕ ਉਹੀ ਗੱਲ ਆ ਕਿ ਕਿਆ ਲੱਗਦਾ ਵੀ ਸੱਚੀ ਹੋਈ ਪਿੰਡ ਦੀਆਂ ਯਾਦਾਂ ਵੀ ਮੜਮੜੋ ਹੀ ਸੀ ਚੀਜ਼ਾਂ ਉਹ ਭੰਡਾ ਭੰਡਾਰੀਆ ਕਿੰਨਾ ਘਪਾਰ ਉਹ ਯੂ ਨੋ ਮਿੱਟੀ ਚੱਕ ਉਹ ਸਾਰੀਆਂ ਚੀਜ਼ਾਂ ਉਹ ਬਚਪਨ ਜਿਹੜਾ ਆ ਜਾਂਦਾ ਕਿਉਂਕਿ ਅਸੀਂ ਤੇ ਸਾਰੇ ਦੇਖਿਆ ਹੋਇਆ ਪਿੰਡਾਂ ਚ ਰਹਿ ਕੇ ਇਹ ਯਾਦਾਂ ਨੇ ਤੇ ਇਹ ਯਾਦਾਂ ਜਿਹੜੀਆਂ ਨੇ ਉਹ ਅਲੋਪ ਹੋ ਰਹੀਆਂ ਨੇ ਪਰ ਉਹ ਕੈਨਵਸ ਤੇ ਜਦੋਂ ਆ ਜਾਂਦੀਆਂ ਨੇ ਤੇ ਲੱਗਦਾ ਕਿ ਇਹ ਬੱਚੇ ਹੁਣੇ ਬਾਹਰ ਆਣਗੇ ਤੇ ਬਾਹਰ ਇਹਨਾਂ ਦੇ ਹਾਸੇ ਜਿਹੜੇ ਨੇ ਉਹ ਸਾਹਮਣੇ ਆਉਣਗੇ ਕੋਈ ਕੋਈ ਚਿੱਤਰਕਾਰ ਐਸਜੀ ਪੇਂਟਿੰਗ ਜਿਹੜੀ ਉਹ ਕਰ ਸਕਦਾ ਤੇ ਪੇਂਟਿੰਗ ਕਰਨ ਦੇ ਉੱਤੇ ਬਹੁਤ ਮਿਹਨਤ ਬਹੁਤ ਚੀਜ਼ਾਂ ਸੋਚ ਬਹੁਤ ਇੱਕ ਆਰਟਿਸਟ ਦੀ ਜਿਹੜੀ ਆ ਕਹਿ ਸਕਦੇ ਲਗਨ ਜਿਹੜੀ ਉਹ ਲੱਗੀ ਹੁੰਦੀ ਹੈ ਸੋ ਆਰਟਿਸਟ ਸੁਖਪ੍ਰੀਤ ਹੋਣੇ ਜਿਹੜੇ ਨੇ ਉਹ ਇੱਕ ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਇੱਕ ਮਸਤ ਮੋਲੇ ਜੇ ਬੰਦੇ ਆ ਆਪਣੇ ਆਪ ਦੇ ਵਿੱਚ ਰਹਿੰਦੇ ਆ ਕਿਤੇ ਆਪਣੇ ਆਪ ਨੂੰ ਉਹਨਾਂ ਨਾਲ ਰਿਲੇਟ ਕਰਦੇ ਬਿਲਕੁਲ ਬਿਲਕੁਲ ਉਹ ਸਭ ਤੋਂ ਪਹਿਲਾਂ ਹੀ ਗਏ ਨੇ ਕਹਿੰਦੇ ਤੁਹਾਡੇ ਮੂੰਗੋ हिप्पी ਆ ਉਹ ਮੈਂ ਕਹਾ ਮੇਰੇ ਮੂੰਗੋ ਹੀਪੀ ਆ ਕਿਉਂਕਿ ਮੇਰਾ ਵੀ ਇਹੀ ਸਟਾਈਲ ਆ ਕਿ ਮੈਨੂੰ ਵੀ ਇਦਾਂ ਯੂ نو ਚੰਗਾ ਲੱਗਦਾ ਕੁਦਰਤ ਦੇ ਨਾਲ ਸੋ ਬਰੀਕੀਆਂ ਜੋ ਡਿਟੇਲਸ ਜਿਵੇਂ ਆ ਫੋਟੋ ਜਿੰਨਾਂ ਨੇ ਪੇਂਟ ਕੀਤੀ ਸੋ ਹਰ ਇੱਕ ਚੀਜ਼ ਦੇ ਵਿੱਚ ਚਿੱਤਰਕਾਰ ਦੇ ਚਿੱਤਰਕਾਰੀ ਹੀ ਹੈ ਵੀ ਉਹਦੇ ਚ ਚਿੱਤਰ ਦੇ ਵਿੱਚ ਜਾਨ ਪਾ ਦੇਣੀ ਹੈ ਨਾ ਜੀ ਸੋ ਕੌਨਸ਼ੀਅਸਨੈਸ ਇਹਦੇ ਵਿੱਚ ਸਾਨੂੰ ਵੱਖੂ ਵੀ ਉਹਦਾ ਫੀਲਿੰਗਸ ਨਜ਼ਰ ਆਉਂਦੀਆਂ ਨੇ ਹਰੇਕ ਚਿੱਤਰਕਾਰੀ ਦੇ ਵਿੱਚ ਜਿਵੇਂ ਉਹਨਾਂ ਨੇ ਜੋ ਸੋਚਿਆ ਜਿਸ ਤਰ੍ਹਾਂ ਉਹਨੂੰ ਚਿੱਤਰਾਂ ਨੇ ਉਹਨਾਂ ਉਤਾਰਿਆ ਕੈਨਵਸ ਦੇ ਉੱਤੇ ਸੋ ਆਈ ਥਿੰਕ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਕਿਉਂਕਿ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਤੇ ਚਿੱਤਰਕਾਰੀ ਕਰਨ ਵਾਲੇ ਜਾਂ ਇਦਾਂ ਦੀ ਇਮੇਜਿਨੇਸ਼ਨ ਵੀ ਨਹੀਂ ਸਾਡੇ ਤੇ ਤਾਂ ਹੁੰਦੀ ਹੈ ਨਾ ਜੀ ਇੱਕ ਆਰਟਿਸਟ ਦੀ ਨਾ ਮੈਨੂੰ ਲੱਗਦਾ ਹੈ ਉਹੀ ਬਹੁਤ ਹੁੰਦੀ ਹੈ ਕਿ ਕੋਈ ਉਹਦੇ ਆਲਟ ਨੂੰ ਪ੍ਰੇਜ਼ ਕਰਦਾ ਜਾਂ ਦੇਖਦਾ 2 ਮਿੰਟ ਖੋਲ ਕੇ ਇੱਕ ਉਸ ਨਜ਼ਰ ਦੇ ਨਾਲ ਕਿ ਉਹਨੇ ਕਿਸ ਤਰ੍ਹਾਂ ਦੇ ਨਾਲ ਪੇਂਟ ਕੀਤਾ ਹੋਗਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਗੁਰੂ ਸਾਹਿਬ ਬਣਾਏ ਹੋਣਗੇ ਕਿਸ ਤਰ੍ਹਾਂ ਦੇ ਨਾਲ ਪਾਣੀ ਬਣਾਇਆ ਹੋਵੇਗਾ ਸੋ ਉਹਦੇ ਲਈ ਤਾਂ ਉਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਸੋ ਆਰਟ ਨੂੰ ਪਛਾਣਨ ਵਾਲਾ ਇੱਕ ਜਿਹੜਾ ਜ਼ਰੂਰ ਹੋਣਾ ਚਾਹੀਦਾ ਸੋ ਤੁਸੀਂ ਇੱਥੇ ਖਾਸ ਤੌਰ ਦੇ ਉੱਤੇ ਪਹੁੰਚੇ ਆ ਤੇ ਐਗਜ਼ੀਬਿਸ਼ਨ ਦੇ ਲਈ ਪਹੁੰਚੇ ਆ ਤੁਹਾਡਾ ਵੀ ਧੰਨਵਾਦ ਕਰਦੇ ਆ ਤੇ ਕੀ ਹੈ ਕਿ ਮੈਸੇਜ ਕੀ ਹੈ ਅੱਜ ਦੇ ਲਈ ਮੈਸੇਜ ਬਸ ਇਹੀ ਹੈ ਜੀ ਆਪਣਾ ਮੈਡੀਟੇਸ਼ਨ ਵੀ ਕਰੋ ਧਿਆਨ ਵੀ ਕਰੋ ਸਾਰੀਆਂ ਚੰਗਾ ਖਾਓ ਚੰਗਾ ਪੀਓ ਕਿਸੇ ਨਾਲ ਬੈਰ ਭਾਵਨਾ ਨਾ ਰੱਖੋ ਸੋ ਇਹ ਜੋ ਦੁਨੀਆ ਸਹਰ ਮੇਲਾ ਦਸਤਕਾਰੀ ਨਹੀਂ ਚਾਰ ਜਣ ਇੱਥੇ ਆਏ ਆ ਸੀ ਹੱਸ ਖੇਡ ਕੇ ਲੰਘਾ ਲੈਣੇ ਚਾਹੀਦੇ ਸਾਨੂੰ ਸੋ ਕਿਉਂਕਿ ਇਹ ਤਾਂ ਸਫਰ ਆ ਇੱਕ ਨਾ ਸੋ ਜਿਵੇਂ ਕਹਿੰਦੇ ਹੁੰਦੇ ਆ ਬਸ ਇਹੀ ਮੈਸੇਜ ਆ ਹੈਲਦੀ ਲਾਈਫ ਸਟਾਈਲ ਹੈਲਦੀ ਸੋਚੋ ਹੈਲਦੀ ਖਾਓ ਤੇ ਸਭ ਨੂੰ ਪਿਆਰ ਕਰੋ ਜਿਵੇਂ ਕਹ ਕਾਹੂ ਕਿਨੇ ਜਿੰਨ ਪ੍ਰੇਮ ਕੀ ਹੋਤੈਨਹੀਂ ਪ੍ਰਾਪਾਇਓ ਸੋ ਮੇਨ ਚੀਜ਼ ਇਹ ਹੈ ਜੋ ਤੁਸੀਂ ਸਾਰਿਆਂ ਨੂੰ ਹੀ ਪਿਆਰ ਕਰਦਿਓ ਫਿਰ ਤੁਸੀਂ ਆਟੋਮੈਟਿਕਲੀ ਕੁਦਰਤ ਦੇ ਨਾਲ ਜੁੜ ਜਾਂਦੇ ਹੋ ਸੋ ਦੈਟਸ ਆਲ ਥੈਂਕ ਯੂ ਵਾਂਸ ਅਗੇਨ ਇਥੇ ਆਉਣ ਦੇ ਲਈ ਪ੍ਰੇਜ਼ ਕਰਨ ਦੇ ਲਈ ਤੇ ਸਾਡੇ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ ਪੰਜਾਬ ਪਵਨ ਪਹੁੰਚੇ ਹੋਇਆ ਅੱਜ ਪਿੰਡ ਦੀਆਂ ਯਾਦਾਂ ਐਗਜ਼ੀਬਿਸ਼ਨ ਲੱਗੀ ਹੋਈ ਹੈ ਜਿਹਦੇ ਵਿੱਚ ਬਹੁਤ ਸਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਐਸਜੀਪੀਸੀ ਦੇ ਮੈਂਬਰ ਵੀ ਹੈਗੇ ਨੇ ਬਹੁਤ ਸਰੀਆਂ ਛੋਣਾਂ ਦੇ ਵਿੱਚ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਮਿੱਠੂ ਸਿੰਘ ਕਾਨੇਕੇ ਮਾਸਟਰ ਮਿੱਠੂ ਸਿੰਘ ਕਾਨੇਕੇ ਅੱਜ ਬੀਸੀ ਦੇ ਵਿੱਚ ਨੇ ਸੜੀ ਦੇ ਵਿੱਚ ਨੇ ਤੇ ਇੱਥੇ ਪਹੁੰਚੇ ਹੋਏ ਨੇ ਆਓ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲ ਕਰਾਂਦੇ ਹਾਂ ਬਸ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੀ ਟੀਵੀ ਇਹ ਸਾਂਝਾ ਟੀਵੀ ਚੈਨਲ ਦੇ ਦਰਸ਼ਕਾਂ ਨੂੰ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਪਹਿਲਾਂ ਤਾਂ ਇੱਥੇ ਤੁਸੀਂ ਹੈਗੇ ਹੁਣ ਤੇ ਕਿਵੇਂ ਲੱਗ ਰਿਹਾ ਪਹਿਲਾਂ ਤਾਂ ਪੰਜਾਬ ਭਵਨ ਪਹੁੰਚ ਕੇ ਤੇ ਪੇਂਟਿੰਗਸ ਦੇਖ ਕੇ ਮੈਨੂੰ ਇਦਾਂ ਲੱਗ ਰਿਹਾ ਵੀ ਜਿਸ ਕਿਸਮ ਦਾ ਇੱਥੇ ਪੇਂਟਿੰਗ ਤਾਂ ਜਾਂ ਪੰਜਾਬ ਭਾਵਨ ਦੀ ਸਾਰੀ ਕੀਤੀ ਗਈ ਹੈ ਕਾਫੀ ਮਾਲ ਲਗਾਏ ਜਿਹੜਾ ਪੰਜਾਬੀਆਂ ਦਾ ਪੰਜਾਬੀ ਨਾਲ ਪੰਜਾਬ ਨਾਲ ਜੁੜਿਆ ਹੋਇਆ ਔਰ ਕਾਫੀ ਇੱਥੇ ਆ ਕੇ ਸ਼ਹਿਰੀ ਦੀ ਵਿੱਚ ਜੋ ਇੱਥੋਂ ਦੀ ਪੰਜਾਬੀ ਸਹਿਤ ਸਭਾ ਜਾਂ ਹੋਰ ਕਾਫੀ ਉਹਨਾਂ ਨੇ ਮਿਹਨਤ ਕੀਤੀ ਹੈ ਹੋਰ ਮਿਹਨਤ ਕਰਨ ਦੀ ਵੀ ਲੋੜ ਹੈ ਇੱਥੇ ਕਿਉਂਕਿ ਲੋਕ ਅੰਦਾਜ਼ ਜਿਹੜਾ ਕੰਮਕਾਰਾਂ ਦੇ ਵਿਚ ਆਦਾ ਰਹੇਗਾ ਉਹ ਕਾਫੀ ਜ਼ਿਆਦਾ ਹੈਗਾ ਜਿਸ ਕਰਕੇ ਇਹ ਫੇਰ ਵੀ ਜੋ ਇਸ ਕਿਸਮ ਦਾ ਜੋ ਪੰਜਾਬ ਆਪਨ ਦਾ ਸਾਰੀ ਕਰ ਲੈਣਾ ਆ ਜੋ ਮੈਂ ਦੇਖਿਆ ਕਿ ਇਹ ਪੁਰਾਣੀਆਂ ਜਾਂਦਾਂ ਜਿਹੜੀਆਂ ਉਹ ਸਾਰੀਆਂ ਇੱਥੇ ਅਜ ਇਕੱਠੀਆਂ ਕੀਤੀਆਂ ਹੋਈਆਂ ਨੇ ਤੇ ਬਹੁਤ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਹ ਪੰਜਾਬ ਪੰਜਾਬੀ ਤੇ ਪੰਜਾਬੀ ਅਤਲੇ ਕੰਮ ਕੀਤਾ ਹੈਗਾ ਉਹਨਾਂ ਸਾਰੀਆਂ ਸ਼ਖਸੀਅਤਾਂ ਦੇ ਜੋ ਇੱਥੇ ਮੈਂ ਦੇਖਿਆ ਕਿ ਹਾਲ ਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ ਬਹੁਤ ਖੁੰਦ ਸੁੰਦਰ ਬਹੁਤ ਵਧੀਆ ਮਿਹਨਤ ਹੈ ਜੋ ਕੀਤੀ ਹੋਈ ਹੈ ਜੀ ਹਾਂਜੀ ਜੀ ਜਿਵੇਂ ਪਿੰਡ ਦੀਆਂ ਯਾਦਾਂ ਦੀ ਤੁਸੀਂ ਗੱਲ ਕਰ ਰਹੇ ਹੈਗੇ ਆ ਤੇ ਆਪਾਂ ਅੱਜ ਦੇਖ ਵੀ ਰਹੇ ਹੈਗੇ ਆ ਤੇ ਇੱਕੋ ਦਮ ਇਹ ਲੱਗ ਰਿਹਾ ਕਿ ਪਿੰਡਾਂ ਦੇ ਵਿੱਚ ਚਲੇ ਗਏ ਹੈਗੇ ਆ ਅਸੀਂ ਸ਼ਾਇਦ ਕਈ ਚੀਜ਼ਾਂ ਉਹਨਾਂ ਦੇ ਵਿੱਚੋਂ ਨਹੀਂ ਦੇਖੇ ਆ ਪਰ ਤੁਸੀਂ ਆਪਣੇ ਜਦੋਂ ਜ਼ਮਾਨੇ ਦੀ ਗੱਲ ਕਰੋ ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪ ਹੰਡਾਈਆਂ ਹੈਗੀਆਂ ਨੇ ਸੋ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੇਂਟਿੰਗਸ ਦੇ ਰੂਪ ਵਿੱਚ ਦੇਖਦੇ ਆ ਤੁਹਾਨੂੰ ਕਿਵੇਂ ਲੱਗਦਾ ਇਹ ਆਪਣੇ ਆਪ ਵਿੱਚ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਪਿੰਡਾਂ ਦੇ ਵਿੱਚ ਜੋ ਪਿੰਡਾਂ ਦਾ ਭਾਈਚਾਰਾ ਕਿਸਾਨ ਸੀ ਉਹ ਅੱਜ ਕਿਤੇ ਵੀ ਵੇਖਣ ਨੂੰ ਸ਼ਹਿਰਾਂ ਦੇ ਵਿੱਚ ਨਹੀਂ ਮਿਲ ਰਹੀ ਬਹੁਤ ਜ਼ਿਆਦੇ ਪਿੰਡੂ ਇਲਾਕਿਆਂ ਦੇ ਵਿੱਚ ਜਿਹੜੀ ਹੈ ਸਮਾਜਿਕ ਭਾਈਚਾਰਾ ਔਰ ਸੱਭਿਆਚਾਰਕ ਤੌਰ ਤੇ ਜੋ ਸਰਗਰਮੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਉਹ ਪਿਛਲੇ ਇਸ ਸਮਿਆਂ 'ਚ ਬਹੁਤ ਸਾਡੇ ਪਿੰਡਾਂ ਵਿੱਚ ਹੁੰਦੀਆਂ ਰਹੀਆਂ ਰਹੀਆਂ ਖਾਸ ਤੌਰ ਤੇ ਜੋ ਮੈਂ ਦੇਖਦਾ ਕਿ ਆ ਜੋ ਛੱਲੀਆਂ ਦਾ ਜਾਂ ਇਸ ਕਿਸਮ ਦਾ ਸਾਰਾ ਕੁਝ ਇੱਥੇ ਸਿਰਜਿਆ ਹੋਇਆ ਸਾਰਾ ਇਹ ਸਾਰਾ ਪਿੰਡੂ ਭਾਈਚਾਰੇ ਨੂੰ ਦਰਸਾਉਂਦਾ ਹੈਗਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਹ ਵਿਲੱਖਣਤਾ ਹੈਗੀ ਅੱਜ ਪੰਜਾਬ ਦਾ ਜਿਹੜਾ ਪਿੰਡੂ ਭਾਈਚਾਰਾ ਜਰਾ ਲੋਪ ਹੁੰਦਾ ਤੇ ਰਜਾ ਰਿਹਾ ਇਹਨੂੰ ਬਚਾਉਣ ਦੀ ਲੋੜ ਹੈ ਔਰ ਇਹ ਵਧੀਆ ਇੱਕ ਵੱਡਾ ਅਪਰਾਲੇ ਧੰਨਵਾਦ ਤੇ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਵੀ ਧੰਨਵਾਦ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ The painter itself a master itself a Punjab pavand de vich exhibition laggi hui hai te exhibition ch paintings ba kamal ਦਾ ਕੋਈ ਵੀ ਜਵਾਬ ਨਹੀਂ ਲਾਜਵਾਬ ਪੇਂਟਿੰਗਸ ਸੁਖਪ੍ਰੀਤ ਸਿੰਘ ਆਰਟਿਸਟ ਆਗੇ ਨੇ ਜੀ ਸਾਡੇ ਨਾਲ ਆਓ ਗੱਲ ਕਰਦੇ ਆਂ ਜੀ ਸੁਖਪ੍ਰੀਤ ਸਿੰਘ ਜੀ ਸਵਾਗਤ ਹੈ ਜੀ ਸਵਾਗਤ ਹੈ ਠੀਕ ਹੈ ਜੀ ਸਾਸਰੀ ਗਾਲ ਜੀ ਥੈਂਕ ਯੂ ਜੀ ਸੋ ਸੁਖਪ੍ਰੀਤ ਜੀ ਬਹੁਤ ਹੀ ਵਧੀਆ ਪੇਂਟਿੰਗ ਜਿਹੜੀ ਪੇਂਟਿੰਗ ਦੇਖਣ ਲੱਗ ਜੀ ਇਹ ਮਤਲਬ ਉਹਦੇ ਚ ਖੁੱਭ ਜਾਈਦਾ ਤਾਂ ਤੁਸੀਂ ਬਣਾਉਂਦੇ ਬਣਾਉਂਦੇ ਕਿੰਨਾ ਕੁ ਖੁੱਭਗੇ ਹੋਵੋਗੇ ਬਣਾਉਂਦੇ ਬਣਾਉਂਦੇ ਚਲੋ ਇੱਕ ਪੇਂਟਿੰਗ ਨੇ ਦੱਸ ਦਿੰਨਾ ਕਿਵੇਂ ਖੁੱਭਿਆ ਸੀਗਾ ਆਹ ਰੋਟਾ ਹਮ ਗੁਰੂ ਅਰਜਨ ਦੇਵ ਜੀ ਦੀ ਇੱਕ ਤੋਕਾ ਬਿਰਖੇ ਹੇਟ ਸਭ ਜਨ ਤੇ ਇਕੱਠੇ ਇੱਕ ਭਾਰਾ ਦਰਖਤ ਕੀੜੇ ਮਕੌੜੇ ਸਕਵਰਲ ਕਿੰਨੇ ਪੰਛੀਆਂ ਨੂੰ ਆਲਣੇ ਬਣਾਉਣ ਨੂੰ ਮੌਕੇ ਦਿੰਦਾ ਫਿਰ ਆਪਾਂ ਵੀ ਥੱਕੇ ਟੁੱਟੇ ਥੱਲੇ ਬੈਠ ਜੰਨੇ ਆ ਇੱਥੇ ਮੈਂ ਦਿਖਾਇਆ ਕਿ ਗੁਰੂ ਚੇਲੇ ਨੂੰ ਗਿਆਨ ਦੇ ਰਿਹਾ ਕਿਉਂਕਿ ਜ਼ਿਆਦਾਤਰ ਇਨਲਾਈਟਨਮੈਂਟ ਰਖਤਾ ਥੱਲੇ ਹੋਈ ਆ ਜੀ ਮਹਾਤਮਾ ਬੁੱਧਾ ਇੱਕ ਦਰਖਤ ਥਲੇ ਇਨਲਾਈਟਨ ਹੋਏ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਦਾ ਬੇਰ ਹੈ ਜਾਂ ਗੁਰੂ ਫਿਫਥ ਗੁਰੂ ਗੁਦਕਪਣੀ ਬੇਰ ਥੱਲੇ ਬੈ ਕੇ ਸੁਖਮਨੀ ਸਾਹਿਬ ਲਿਖਿਆ ਉਹਨਾਂ ਨੇ ਹਨਾ ਸੋ ਦਰਖਤਾਂ ਨਾਲ ਰਿਲੇਸ਼ਨ ਭਾਰੇ ਦਰਖਤਾਂ ਨਾਲ ਰਿਹਾ ਹੈ ਪਾਰਾਦਰਖ ਤੇਕ ਬਜ਼ੁਰਗ ਉਹ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਦਾਦਾ ਜੀ ਲੱਕੜ ਦਾਦਾ ਜੀ ਹੈਨਾ ਉਹਨਾਂ ਦਾ ਘਰ ਚ ਪ੍ਰਤਾਪ ਹੁੰਦਾ ਹੈ ਹੈਨਾ ਤੇ ਜਦੋਂ ਪਾਰਾਦਰਖ ਤੇ ਵੜ ਦਿੱਤਾ ਜਾਂਦਾ ਤਾਂ ਬਹੁਤ ਸਾਰੀ એનર્ਜੀ ਉਹਦੇ ਨਾਲ ਹੀ ਚਲੀ ਜਾਂਦੀ ਹੈ ਤੇ ਇੱਕ ਪਾਰਾਦਰਖ ਤੇ 10 20 ਏਸੀਆਂ ਜਿੰਨੀ 쿨ਿੰਗ ਛੱਡਦਾ ਬਿਨਾ ਕੋਈ ਆਵਾਜ਼ ਕੀਤੇ ਤੇ ਜਿਹੜੀ ਉਹ 쿨ਿੰਗ ਆ ਸਾਨੂੰ ਉਹ ਸਾਨੂੰ ਮਹਿਸੂਸ ਹੁੰਦੀ ਆ ਸਾਨੂੰ ਹੈਲਥੀ ਰੱਖਦੀ ਆ ਸੋ ਮੈਂ ਇਸ ਦਰਖਤ ਨੂੰ ਜਦੋਂ ਪੇਂਟ ਕਰ ਰਿਹਾ ਸੀਗਾ ਤੁਸੀਂ ਦੱਸਿਆ ਨਾ ਤੁਸੀਂ ਪੁੱਛ ਰਹੇ ਕਿੰਦਾ ਮਹਿਸੂਸ ਕਰਦੇ ਹੋ ਮੈਂ ਕੱਲਾ ਕੱਲਾ ਪੱਤਾ ਕੱਲੀ ਕੱਲੀ ਟਾਣੀ ਲਾ ਰਿਆ ਸੀ ਮੈਨੂੰ ਇਹਦਾ ਲੱਗਦਾ ਸੀ ਮੈਂ ਇੱਕ ਗੈਲਰੀ ਆ ਤੇ ਮੈਂ ਟਾਣੇ ਤੋਂ ਟਾਣੇ ਵਿੱਚ ਤਰਿਆ ਫਿਰਦਾ ਵਾਂ ਜਿੱਦਾਂ ਇੱਕ ਕਹਾਵਤ ਆ ਕਹਿੰਦੇ ਕਿਸੇ ਨੇ ਸਵੈਟਰ ਬੁਣਿਆ ਕਿਸੇ ਲਈ ਗਿਫਟ ਕਹਿੰਦੇ ਕਿਵੇਂ ਲੱਗਿਆ ਕਹਿੰਦੇ ਮੈਨੂੰ ਐ ਲੱਗਿਆ ਮੈਂ ਹਰ ਸਲਾਈ ਤੇ ਦਸਤਗਿਰ ਕੀਤੇ ਆ ਕਿਉਂਕਿ ਕੱਲਾ ਕੱਲਾ ਕੁੰਡਾ ਪਾਉਣਾ ਇਸ ਤਰ੍ਹਾਂ ਹੀ ਐਦਾਂ ਤੁਸੀਂ ਨਾ ਜਦੋਂ ਪੇਂਟ ਕਰਦੇ ਹੋ ਤਾਂ ਤੁਸੀਂ ਪੂਰਾ ਦਰਖਤਾਂ ਟਾਣੀਆਂ ਚੋਂ ਟਰੈਵਲ ਕਰਦੇ ਹੋ ਸਕੁਅਰ ਲੁੰਗੋ ਸੋ ਐਦਾਂ ਵਿੱਚ ਵੜ ਜਾਈਦਾ ਖੁੱਬ ਜਾਈਦਾ ਜੀ ਦਿੱਤੀ ਨਿਕਾ ਜਾਂਦੀ ਹੈ ਜੀ ਆ ਦੇਖੋ ਜੀ ਜਿਵੇਂ ਕਿਸ ਤਰ੍ਹਾਂ ਦੇ ਬਟੇਟਾ ਨੇ ਹਾਲਾਂਕਿ ਇਹ ਪ੍ਰਿੰਟਸ ਨੇ ओरिजिनल ਨਹੀਂਗੇ ओरिजिनल ਵੀ ਫੀਲ ਦੇ ਰਿਹਾ ਹੈ ਜੀ ਹਾਂ ਅੰਦਰ ਵਿੱਚ ਭੱਜ ਕੇ ਇਧਰ ਥੱਲੇ ਜਾ ਕੇ ਬੈਠ ਜਾਈਏ ਕਿਉਂਕਿ ਇਹਨਾਂ ਦਰਖਤਾਂ ਤੇ ਅਸੀਂ ਚੜ੍ਹੇ ਆ ਜਦੋਂ ਤੁਸੀਂ ਦਰਖਤਾਂ ਦੇ ਚੜ੍ਹ ਕੇ ਟਾਣਿਆਂ ਤੇ ਬਹਿ ਕੇ ਗੱਲਾਂ ਕਰਦੇ ਹੋ ਦੋਸਤਾਂ ਨਾਲ ਥੋੜੀ ਆਜਾਦਾ ਦਿਲਚਸਪ ਹੁੰਦੀਆਂ ਨੇ ਭਾਰਾ ਦਰਖਤ ਪੇਂਟ ਕਰਨਾ ਆਪਣੇ ਆਪ ਵਿੱਚ ਆਨੰਦ ਹੈ ਜੀ ਸੋ ਤਾਂ ਮੈਂ ਇੱਕ ਪੇਂਟਿੰਗ ਐਕਸਪਲੇਨ ਤਾਂ ਤੁਹਾਡੇ ਅੱਗੇ ਰੱਖੀ ਹੈ ਕਿ ਇਹਨੂੰ ਅਸੀਂ ਪੇਂਟ ਕਰਦੇ ਹੋਏ ਅਸੀਂ ਇਹਦਾ ਹੀ ਇੱਕ ਹਿੱਸਾ ਹੋ ਜਾਂਦੇ ਆ ਜਿਵੇਂ ਕਹਾਵਤ ਹੈ ਨਾ ਰਾਂਝਾ ਰਾਂ بس ਉਹੀ ਚੀਜ਼ ਆ ਤੇ ਕੋਈ ਵੀ ਕੰਮ ਹੈ ਜੇ ਇੱਕ ਲੇਡੀ ਕੁਕਿੰਗ ਕਰਦੀ ਹੈ ਨਾ ਵਧੀਆ ਤੇ ਜੇ ਉਹ ਦਿਲੋਂ ਕੁਕਿੰਗ ਕਰਦੀ ਹੈ ਨਾ ਉਹਦੀ ਖੁਸ਼ਬੂ ਸਾਰੇ ਘਰ ਚ ਕੁਕਿੰਗ ਦੀ ਫੈਲੂਗੀ ਤੇ ਸਵਾਦ ਤਾਂ ਲੱਗਣਾ ਹੀ ਆ ਸਭ ਤੋਂ ਪਹਿਲਾਂ ਆਪਣੀਆਂ ਨੱਕ ਫੈਸਲਾ ਕਰਦਾ ਫਿਰ ਅੱਖਾਂ ਕਰਦੀਆਂ ਕਲਰ ਵੀ ਸੋਹਣਾ ਆਉਣਾ ਚਾਹੀਦਾ ਸੋ ਕੋਈ ਵੀ ਕੰਮ ਹੈ ਉਹ ਖੁੱਭ ਕੇ ਹੀ ਵਧੀਆ ਹੋਣਾ ਉਹ ਚਾਹੇ ਇੱਕ ਕਾਰ ਮਕੈਨਿਕ ਹੀ ਆ ਸੋ ਇਹ ਪੇ ਪੇਂਟਿੰਗਸ ਸਾਨੂੰ ਦੇਖਣ ਦਾ ਮੌਕਾ ਮਿਲਿਆ ਸਰੀ ਦੇ ਵਿੱਚ ਤੁਸੀਂ ਆਏ ਹੈਗੇ ਸੋ ਕੀ ਕਹੋਗੇ ਜੀ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਸੋ ਮੈਂ ਸਰੀ ਵਾਲਿਆਂ ਨੂੰ ਇਹ ਕਹੂੰਗਾ ਵੀ ਤੁਹਾਡਾ ਸੋਹਣਾ ਸਰੀ ਜਾਂਦਾ ਹੈ ਹੈ ਸਰੀ ਚ ਪਰ ਹੋਰ ਕੰਮਾਂ ਲਈ ਵਿੱਚ 24 ਘੰਟੇ ਗੁਰਨਾਨਕ ਦੇਵ ਜੀ ਵਾਲੇ ਵੀ ਦਿਨ 24 ਘੰਟੇ ਦਾ ਸੀ ਹੁਣ ਵੀ 24 ਘੰਟੇ ਦਾ ਹੀ ਇਹ ਨੇ ਅੱਗੇ ਵੀ 24 ਹੀ ਰਹਿਣਾ ਕੁਝ ਘੰਟੇ ਸਾਈਡ ਤੇ ਕੱਢ ਲਿਆ ਕਰੋ ਆਪਣੇ ਅੰਦਰ ਦੇਖਣ ਦੇ ਆਰਟ ਦੇਖਣ ਦੇ ਜਾਂ ਕੋਈ ਜ਼ਿੰਦਗੀ ਚੋਂ ਆਮ ਜਿਹੜੀ ਧਾਰਾ ਕੰਮਕਾਰ ਦੀ ਚੱਲੀ ਹੋਈ ਹੈ ਉਹਦੇ ਤੋਂ ਹਟ ਕੇ ਕੁਛ ਹੈ ਨਾ ਥੋੜਾ ਟਾਈਮ ਸਪੇਅਰ ਕਰਿਆ ਕਰੋ ਸੋ ਇਸ ਗੱਲ ਦਾ ਇੱਥੇ ਮੈਨੂੰ ਮਲਾਲ ਰਹੂਗਾ ਸਰੀ ਜਿਹੜਾ ਨਾ ਸਲੀਪੀ ਟਾਊਨ ਹੈ ਆਟ ਕ੍ਰੀਏਟੀਵਿਟੀ ਲਈ ਇਹ 네ਗੇਟਿਵ ਨਹੀਂ ਹੈਗਾ ਸੋ ਮੈਂ ਤਾਂ ਜੋ ਸ਼ਿਕਾਇਤ ਜੋ ਮੈਂ ਕਹਿਣਾ ਸੀ ਮੈਂ ਕਿ ਸਰੀ ਵਰੇ ਸ਼ਿਕਾਇਤਾਂ ਮਿਲ ਗਈਆਂ ਜੀ ਸਰੀ ਵਾਲੇਓ ਕਿ ਇਸ ਤਰ੍ਹਾਂ ਦੇ ਨਾਲ ਹੰਕਾਰਾ ਜਿਹੜਾ ਮਿਲਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਜਿਗੋਂ ਦੀ ਹਲੂਨਾ ਦੇਣ ਦੀ ਲੋਡ ਪੈ ਰਹੀ ਹੈ ਇਹ ਲੋਡ ਹੋਣੀ ਨਹੀਂ ਚਾਹੀਦੀ ਇਸ ਤਰ੍ਹਾਂ ਦੀ ਚਿੱਤਰਕਾਰੀ ਦੇਖ ਕੇ ਭੱਜੇ ਲੋਕਾਂ ਨੂੰ ਆਉਣਾ ਚਾਹੀਦਾ ਜਿਵੇਂ ਕਿ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਕਿ ਲੂਪ ਹੋਲ ਬਾਥ ਨੇ ਵਿਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਗੈਪ ਹੈ ਉਹ ਗੈਪ ਨੂੰ ਘਟਾਈਏ ਤੇ ਇਸ ਤਰ੍ਹਾਂ ਦੇ ਆਰਟਿਸਟ ਆ ਇਹਨਾਂ ਨੂੰ ਸਰਾਈਏ ਇਹਨਾਂ ਦੀ ਪੇਂਟਿੰਗ ਦੇਖੀਏ ਤੇ ਇਹਨਾਂ ਤੋਂ ਇਨਸਪਾਇਰ ਹੋਈਏ ਕਿਉਂਕਿ ਇਹਨਾਂ ਤੋਂ ਬਹੁਤ ਸਾਰੇ ਲੋਕ ਇਨਸਪਾਇਰ ਹੋਏ ਵੀ ਨੇ ਤੇ ਬਹੁਤ ਸਾਰੀਆਂ ਐਗਜ਼ਾਮਪਲਸ ਵੀ ਹੈਗੀਆਂ ਨੇ ਸੋ ਜ਼ਰੂਰ ਅਸੀਂ ਲੋਕਾਂ ਤੱਕ ਵੀ ਪਹੁੰਚਦੇ ਕਰਾਂਗੇ ਤੇ ਨਾਲ ਨਾਲ ਹੋਕਾ ਹੁੰਗਾਰਾ ਜਿਹੜਾ ਉਹ ਦਿੰਦੇ ਰਵਾਂਗੇ ਕਿ ਇਸ ਤਰ੍ਹਾਂ ਦੇ ਨਾਲ ਚਾਹੇ ਉਹ ਨੌਜਵਾਨ ਪੀੜ੍ਹੀ ਹੈ ਤੇ ਚਾਹੇ ਉਹ ਆਲਰੇਡੀ ਆਰਟ ਕਰ ਰਹੇ ਨੇ ਜਾਂ ਨਹੀਂ ਵੀ ਕਰਦੇ ਦੇਖਤਾ ਜਰੂਰ ਸਕਦੇ ਆ ਨਾ ਕਿ ਕਿਸ ਤਰ੍ਹਾਂ ਦੇ ਨਾਲ ਆਰਟ ਹੈਗਾ ਨਾਲ ਜੁੜਨ ਦੀ ਇੱਕ ਗੱਲ ਹੈ ਸੋ ਜੋੜਨ ਦੇ ਯਤਨ ਜਿਹੜੇ ਸਾਡੇ ਵੱਲੋਂ ਵੀ ਹੁੰਦੇ ਰਹਿਣਗੇ ਸਾਡੇ ادارے ਵੱਲੋਂ ਵੀ ਹੁੰਦੇ ਰਹਿਣਗੇ ਤੇ ਤੁਸੀਂ ਇਸ ਤਰ੍ਹਾਂ ਦੇ ਯਤਨ ਕਰ ਰਹੇ ਆ ਇਸ ਤਰ੍ਹਾਂ ਦੀਆਂ ਮੈਮਰੀਜ਼ ਬਣਾ ਰਹੇ ਆ ਤੁਹਾਡਾ ਵੀ ਧੰਨਵਾਦ ਹਾਂਜੀ ਮੈਂ ਸੁਖੀ ਬਾਠ ਜੀ ਦੇ ਪੰਜਾਬ ਭਵਨ ਦਾ ਤੇ ਸਾਰੇ ਇੱਥੇ ਜਿਹੜੇ ਕੰਮ ਕਰਦੇ ਉਹਨਾਂ ਦਾ ਵੀ ਥੈਂਕ ਯੂ ਕਰੂੰਗਾ ਜੀ ਸਾਨੂੰ ਵੈਨਿਊ ਤਾਂ ਪ੍ਰੋਵਾਈਡ ਕਰਾਇਆ ਹੈ ਨਾ ਉਹਨਾਂ ਨੇ ਚਲੋ ਆਰਟ ਐਕਟੀਵਿਟੀਆਂ ਕਰਦੇ ਦਾ ਹੈਗੇ ਨੇ ਨਾ ਕੋਈ ਪੁਆਇੰਟ ਤਾਂ ਹੈ ਨਾ ਸੋ ਠੀਕ ਹੈ ਜਿਵੇਂ ਕਹਿੰਦੇ ਨੇ ਛੋਲੇ ਬਾਦਾਮ ਹੋ ਜਾਂਦੇ ਨੇ ਸੋ ਇਹ ਤਾਂ ਬਹੁਤ ਵਧੀਆ ਪੁਆਇੰਟ ਇਹਨਾਂ ਨੇ ਸਾਨੂੰ ਪ੍ਰੋਵਾਈਡ ਕਰਾਇਆ ਮੈਂ ਉਹਨਾਂ ਦਾ ਸਪੈਸ਼ਲ ਸੁਖੀ ਬਾਠ ਜੀ ਦਾ ਪੰਜਾਬ ਪਵਨ ਦਾ ਥੈਂਕ ਯੂ ਕਰੂੰਗਾ ਧੰਨਵਾਦ ਜੀ ਤੁਹਾਡਾ ਸੋਕਪ੍ਰੀਤ ਸਿੰਘ ਆਰਟਿਸਟ ਹੋਰਾਂ ਦੇ ਵੱਲੋਂ ਐਗਜ਼ਿਬਿਸ਼ਨ ਲਾਈ ਗਈ ਪਿੰਡ ਦੀਆਂ ਯਾਦਾਂ ਜਿੱਥੇ ਬਾ ਕਮਾਲ ਪੇਂਟਿੰਗਸ ਰੱਖੀਆਂ ਗਈਆਂ ਤੇ ਨਾਲ ਨਾਲ ਸ਼ਿਕਾਇਤਾਂ ਮਿਲ ਰਹੀਆਂ ਨੇ ਸਲੀ ਵਾਲਿਓ ਕਿ ਜਦੋਂ ਆਰਟਿਸਟ ਦੀ ਆਲਟ ਦੀ ਗੱਲ ਹੁੰਦੀ ਹੈ ਤਾਂ ਉਦੋਂ ਬਹੁਤ ਘੱਟ ਲੋਕ ਪੱਜ ਕੇ ਆਉਂਦੇ ਆ ਤੇ ਪੱਜ ਕੇ ਆਉਣਾ ਬੰਦ ਆ ਇਨਫੋਰਮੇਸ਼ਨ ਲੈਣੀ ਬੰਦੀ ਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਰਟ ਨੂੰ ਮਿਹਨਤ ਨੂੰ ਹਾਰਡਵਰਕ ਨੂੰ ਸਰਾਉਣਾ ਉਹਨਾਂ ਦੇ ਨਾਲ ਖੜਨਾ ਆਰਟਿਸਟ ਦੇ ਮੁੱਡੇ ਨਾਲ ਮੁੱਡਾ ਲਾਉਣਾ ਤੇ ਆਰਟਿਸਟ ਨੂੰ ਪਲਕਾਂ ਤੇ ਬਿਠਾ ਕੇ ਰੱਖਣਾ ਸਾਡਾ ਫਰਜ਼ ਆ ਜਿੱਥੇ ਅਸੀਂ ਸਰੀ ਦਾ ਨਾਂ ਰਿਸ਼ਨਾਉਨੇ ਆ ਕਿ ਸਰੀ ਦੇ ਵਿੱਚ ਸਾਡਾ ਪਾਈਚਰਾ ਵਧ ਰਿਹਾ ਦੂਜਾ ਪੰਜਾਬ ਬਣ ਰਿਹਾ ਦੂਜਾ ਪੰਜਾਬ ਹੋਣ ਦਾ ਜਿਹੜਾ ਮਾਨ ਮਿਲ ਰਿਹਾ ਉਸ ਤਰ੍ਹਾਂ ਦੇ ਫਰਜ਼ ਵੀ ਨਿਭਾਈਏ ਤੇ ਡਿਊਟੀਆਂ ਵੀ ਨਿਭਾਈਏ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸਾਂਚਾ ਟੀਵੀ